ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਕਿਸਾਨ ਦੋਸਤੋ ਮੇਰੀਆਂ ਭੈਣਾ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਕੱਲ ਵੀ ਸਟੇਜ ਤੋਂ ਤੁਹਾਨੂੰ ਸਾਰਿਆਂ ਨੂੰ ਸचेत ਕੀਤਾ ਗਿਆ ਸੀ ਤੇ ਅੱਜ ਫੇਰ ਤੁਹਾਨੂੰ ਸਾਰਿਆਂ ਨੂੰ ਅਸੀਂ ਇਸ ਗੱਲ ਲਈ ਕਿ ਦੋਸਤੋ ਪਿਛਲੇ ਕੁਝ ਸਮੇਂ ਤੋਂ ਸਰਕਾਰ ਆਏ ਦਿਨ ਕੋਈ ਨਾ ਕੋਈ ਛੜਜੰਤਰ ਰਚ ਰਹੀ ਹੈ ਉਹ ਉਹਨਾਂ ਦੇ ਲਈ ਤੁਹਾਡਾ ਇਹ ਸ਼ਾਂਤਮਈ ਅੰਦੋਲਨ ਗਲੇ ਦੀ ਹੱਡੀ ਬਣਿਆ ਹੋਇਆ ਹੈ ਔਰ ਯਤਨ ਹੈ ਉਹਨਾਂ ਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸ ਪੜੋਸ ਦੇ ਲੋਕਾਂ ਦੇ ਨਾਲ ਜਾਂ ਕਿਸੇ ਨਾ ਕਿਸੇ ਖਾਸ ਕਮਿਊਨਿਟੀ ਦੇ ਲੋਕਾਂ ਦੇ ਨਾਲ ਇਹਨਾਂ ਨੂੰ ਲੜਾ ਕੇ ਇਹਨਾਂ ਦਾ ਅੰਦੋਲਨ ਨੂੰ ਪੜਕਾਇਆ ਜਾ ਸਕੇ ਇਹ ਲਗਾਤਾਰ ਯਤਨਸ਼ੀਲ ਹੈ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਆਪਾਂ ਤੋਂ ਸਾਰਾ ਦਾ 8-10 ਕਿਲੋਮੀਟਰ ਦੇ ਉੱਤੇ ਇੱਥੇ ਆ ਕੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਉਪਰਾਲਾ ਕੀਤਾ ਕਿ ਮੈਂ ਇੱਥੇ ਡਾਕਟਰ ਭੀਮrao ਅੰਬੇਡਕਰ ਜੀ ਦਾ ਬੁੱਤ ਸਥਾਪਿਤ ਕਰਨਾ ਹੈ ਉਹ ਉਸ ਦਿਨ ਕਰਨ ਰਹੇ ਰਹੇ ਸੀ ਜਿਸ ਦਿਨ ਆਪਣੀਆਂ ਸਾਰੀਆਂ ਸਟੇਜਾਂ ਤੇ ਔਰ ਪੂਰੇ ਭਾਰਤ ਦੇ ਅੰਦਰ ਆਪਣੇ ਅੰਦੋਲਨਕਾਰੀਆਂ ਵੱਲੋਂ ਡਾਕਟਰ ਭੀਮrao ਅੰਬੇਦਕਰ ਜੀ ਦਾ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ ਕਿ ਉਸ ਵੇਲੇ ਉਹਨਾਂ ਦਾ ਜਿਹੜਾ ਇਹ ਕਰਨਾ ਹੈ ਇਹਦੇ ਮਗਰ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਉਹ ਸਮਝਦੇ ਸੀ ਕਿ ਕਿਸਾਨਾਂ ਨੇ ਸਾਡਾ ਬੀਜੇਪੀ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ ਔਰ ਉਸ ਇਲਾਨ ਨੂੰ ਮਤ ਜਾਰੀ ਰੱਖਦੇ ਆ ਕਿਸਾਨ ਸਾਡਾ ਵਿਰੋਧ ਕਰਨਗੇ ਔਰ ਜਿਸ ਵੇਲੇ ਅਸੀਂ ਜਦੋਂ ਕਿਸਾਨਾਂ ਨੇ ਸਾਡਾ ਵਿਰੋਧ ਕੀਤਾ ਤੇ ਅਸੀਂ ਇਹ ਕਹਾਂਗੇ ਪ੍ਰਚਾਰ ਇਹ ਕਰਾਂਗੇ ਕਿ ਅਸੀਂ ਭੀਮrao ਅੰਬੇਡਕਰ ਜੀ ਦਾ ਮੂਰਤੀ ਉਹਨਾਂ ਦਾ ਬੁੱਤ ਲਾਉਣਾ ਚਾਹੁੰਦੇ ਸੀਗੇ ਤੇ ਅੱਜ ਕਿਸਾਨਾਂ ਨੇ ਉਹਦਾ ਬੁੱਤ ਨਹੀਂ ਲਾਉਣ ਦਿੱਤਾ ਤੇ ਸਾਡੇ ਨਾਲੋਂ ਸਾਡੇ ਦਲਿਤ ਭਾਈਚਾਰੇ ਨੂੰ ਸਾਡੇ ਮਜ਼ਦੂਰ ਵੀਰਾਂ ਨੂੰ ਸਾਡੇ ਨਾਲੋਂ ਨਖੇੜਨ ਦਾ ਯਤਨ ਸੀ لیکن وہ اپنے پرماਤਮا ਦੀ ਕਿਰਪਾ ਦੇ ਨਾਲ ਸਾਰਿਆਂ ਦੀ ਸਮਝਦਾਰੀ ਦੇ ਨਾਲ ਉਹ ਇਸ ਨੀਤੀ ਦੇ ਵਿੱਚ ਸਫਲ ਨਹੀਂ ਹੋ سکے اور ਖੱਟਰ ਨੂੰ ਆਪਣਾ پروگرام ਰੱਦ ਕਰਨਾ ਪਿਆ ਰੱਦ ਕਰਨ ਦੇ ਵਿੱਚ ਵੀ اگر ਧਿਆਨ ਨਾਲ ਦੇਖਿਆ جائے ਤਾਂ ਹੋਇਆ ਕਿ جس ਵੇਲੇ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਭਾਜਪੀ ਕੇਵਲ ਭੀਮrao ਅਮੀਜਕਰ ਜੀ ਦੇ ਦਿਨ ਤੇ ਜਿੱਥੇ ਵੀ ਜਾਣਾ ਚਾਹੁੰਦੀ ਆ ਇਹ ਦਿਨ ਮਨਾਉਣਾ ਚਾਹੁੰਦੀ ਆ ਮਨਾ ਸਕਦੀ ਆ ਅਸੀਂ ਇਹਦਾ ਵਿਰੋਧ ਨਹੀਂ ਕਰਾਂਗੇ ਕਿਉਂਕਿ ਡਾਕਟਰ ਭੀਮਰਾਓ ਮੇਡ ਕਰਦਾ ਦਿਨ ਮਨਾ ਰਹੇ ਆ ਇਹ ਇੱਕ ਚਾਲ ਚੱਲ ਰਹੀ ਐ ਅਸੀਂ ਚਾਲ ਸਫਲ ਨਹੀਂ ਹੋਣ ਦੇਣੀ ਪਰ ਸ਼ਰਤ ਆ ਕਿ ਖੱਟਰ ਔਰ ਇਹਨਾਂ ਦਾ ਡਿਪਟੀ ਸੀਐਮ ਨਹੀਂ ਆਉਣਾ ਚਾਹੀਦਾ ਤਾਂ ਮੇਰੇ ਪਿਆਰੇ ਮਿੱਤਰੋ ਉਥੇ ਇਹਨਾਂ ਨੇ ਆਪਣਾ ਪ੍ਰੋਗਰਾਮ ਫਿਰ ਸਾਰੇ ਦੇ ਸਾਰੇ ਪੋਸਟਪੌਨ ਕੀਤੇ ਨੇ ਰੱਦ ਕੀਤੇ ਨੇ ਹੁਣ ਸਵਾਲ ਇੱਥੇ ਉੱਠਦਾ ਹੈ ਕਿ ਜੇ ਤਾਂ ਭੀਮrao ਅੰਬੇਡਕਰ ਜੀ ਦਾ ਦਿਨ ਮਨਾਉਣ ਦਾ ਮਨ ਦੇ ਵਿੱਚ ਸੱਚੀਓ ਚਾਹ ਸੀ ਇੱਛਾ ਸੀ ਤਾਂ ਫਿਰ ਜ਼ਰੂਰੀ ਨਹੀਂ ਸੀ ਕਿ ਖੱਟਰ ਹੀ ਆ ਕੇ ਮਨਾਉਂਦਾ ਉਹ ਦੂਸਰੇ ਵੀ ਆ ਕੇ ਮਨਾ ਸਕਦੇ ਸੀ ਉਹ ਕਿਉਂ ਨਹੀਂ ਮਨਾਇਆ ਗਿਆ ਉਹ ਇਸ ਕਰਕੇ ਨਹੀਂ ਮਨਾਇਆ ਗਿਆ ਮੇਰੇ ਵੀਰੋ ਕਿਉਂਕਿ ਇਹ ਅੰਦਰੋਂ ਲਗਾਤਾਰ ਭਾਜਪੀ ਤੇ ਆਰਐਸਐਸ ਲਗਾਤਾਰ ਤੁਸੀਂ ਇਹਨਾਂ ਦਾ ਇਤਿਹਾਸ ਇਹਨਾਂ ਦੀਆਂ ਇਹਨਾਂ ਦੀਆਂ ਲਿਖਤਾਂ ਪੜੋ ਪਤਾ ਲੱਗਦਾ ਕਿ ਭੀਮrao ਅੰਬੇਡਕਰ ਜੀ ਨੂੰ ਕਿੰਨੇ ਮਾਰੇ ਸ਼ਬਦ ਬੋਲਦੇ ਰਹੇ ਨੇ ਇਹਨਾਂ ਦੇ ਭਾਸ਼ਣਾਂ ਦੇ ਵਿੱਚ ਇਹਨਾਂ ਨੇ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਕਿਸ ਤਰੀਕੇ ਦੇ ਨਾਲ ਤਾਰ-ਤਾਰ ਕੀਤਾ ਔਰ ਉਹਦੇ ਵਿੱਚ ਜਦੋਂ ਸਫਲ ਹੁੰਦੇ ਨਾ ਨਜ਼ਰ ਆਇਆ ਪਤਾ ਲੱਗਿਆ ਜਦ ਪਰਦਾ ਫਾਸ਼ ਹੋ ਗਿਆ ਕਿ ਅਸੀਂ ਜਿਹੜੀ ਚਾਲ ਚੱਲਣ ਲੱਗੇ ਸੀ ਉਹਦੇ ਵਿੱਚ ਅਸੀਂ ਸਫਲ ਨਹੀਂ ਹੋਏ ਔਰ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਲੜਾਈ ਲੜ ਰਹੇ ਨੇ ਔਰ ਅੱਜ ਇੱਥੇ ਕੋਸ਼ਿਸ਼ ਕਰ ਰਹੇ ਨੇ ਤਰ੍ਹਾਂ-ਤਰ੍ਹਾਂ ਦੇ ਇੱਥੇ ਲੋਕਾਂ ਨੂੰ ਦੰਗੇ ਦਾ ਰੂਪ ਦੇਣਾ ਕੋਸ਼ਿਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਆ ਜਿਵੇਂ ਕੱਲ ਆਪਣੇ ਇੱਥੇ ਹੀ ਸਿੰਘੂ ਬਾਰਡਰ ਦੇ ਉੱਤੇ ਚਾਰ ਤੰਬੂ ਸਾੜੇ ਹੈ ਸ਼ਰਾਰਤ ਹੋਈ ਹੈ ਐਫ ਆਈ ਆਰ ਦਰਜ ਹੋ ਗਈ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਇਨਵੈਸਟੀਗੇਸ਼ਨ ਹੋਏਗੀ ਸਾਰਾ ਕੁਝ ਹੋਏਗਾ ਲੇਕਿਨ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ ਉਹਦੀ ਮੰਤਵ ਸਮਝਣ ਦੀ ਲੋੜ ਹੈ ਭਾਵਨਾ ਇੱਥੇ ਜਿਹੜੀ ਆ ਕੇ ਉਹਨਾਂ ਨੇ ਸਾਡੀਆਂ ਤੰਬਰੂਆਂ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਲਈ ਕੀਤੀ ਆ ਕਿ ਕਿਸਾਨ ਸਾਡੇ ਨਾਲ ਇੱਥੇ ਉਹ ਆਦਮੀਆਂ ਦੀ ਕੁੱਟਮਾਰ ਕਰਨਗੇ ਉਹ ਬਣ ਕੇ ਕੀ ਆਇਆ ਸੀ ਇੱਕ ਪ੍ਰੈਸ ਰਿਪੋਰਟਰ ਦਾ ਰੂਪ ਬਣਾ ਕੇ ਆਇਆ ਉਹ ਆਦਮੀ ਉੱਥੋਂ ਦੇ ਜਿਹੜੇ ਚਸ਼ਮਦੀਦ ਹੈ ਉਹ ਨੌਜਵਾਨਾਂ ਨੇ ਦੱਸਿਆ ਕਿ ਇਹਨੇ ਆ ਕੇ ਇਹ ਗੱਲ ਕਹੀ ਆ ਕਿ ਮੈਂ ਪ੍ਰੈਸ ਰਿਪੋਰਟਰਾਂ ਪੱਤਰਕਾਰਾਂ ਤਮਲ ਨਾਡੂ ਤੋਂ ਆਇਆ ਹਾਂ ਲੇਕਿਨ ਬਾਅਦ ਦੇ ਵਿੱਚ ਉੱਥੇ ਥਿਆ ਨਹੀਂ ਭੱਜ ਗਿਆ ਉੱਥੋਂ ਹਾਲਾਂਕਿ ਪੱਤਰਕਾਰ ਦੀ ਡਿਊਟੀ ਬਣਦੀ ਹੈ ਕਿ ਅਗਰ ਕੋਈ ਇਨਸੀਡੈਂਟ ਵਾਪਰੀ ਹੈ ਤਾਂ ਸਾਰੀ ਦੀ ਸਾਰੀ ਘਟਨਾ ਨੂੰ ਕਵਰ ਕਰਨਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨਾ ਨਿਭਾਉਂਦਾ ਹੋਇਆ ਉੱਥੋਂ ਭੱਜਿਆ ਤੇ ਇਹਦਾ ਮਤਲਬ ਸਾਫ਼ ਹੈ ਕਿ ਉਹ ਸ਼ਰਾਰਤੀ ਆਂਸਰ ਸੀ ਔਰ ਉਹ ਆਪਦਾ ਕੰਮ ਕਰਨ ਆਇਆ ਸੀ ਉੱਥੇ ਅਗਰ ਲੋਕ ਉਹਦੇ ਨਾਲ ਕੁੱਟਮਾਰ ਕਰਦੇ ਉਹਦੇ ਛੱਟਫੇਟ ਮਾਰਦੇ ਔਰ ਉਸ ਤੋਂ ਅੱਗੇ ਦੰਗੇ ਭੜਕਾਉਣ ਦੀ ਤੁਹਾਨੂੰ ਤੁਹਾਨੂੰ ਅੰਦੋਲਨਕਾਰੀਆਂ ਨੂੰ ਅੰਦੋਲਨਕਾਰੀ ਦੀਆਂ ਕਾਰੀਆਂ ਦੇ ਵਿੱਚੋਂ ਕੱਢ ਕੇ ਦੰਗਾ ਫੈਲਾਉਣ ਵਾਲੇ ਬਣਾਉਣ ਦਾ ਯਤਨ ਕਰਨ ਦੀ ਕੋਸ਼ਿਸ਼ ਸੀ ਔਰ ਇਹ ਗੱਲ ਦਾ ਉੱਥੇ ਜਿਹੜੇ ਸਾਡੇ ਮਗਰ ਵੀਰ ਬੈਠੇ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਉੱਥੇ ਉਹ ਵਾਪਰਿਆ ਤੇ ਹੁਣੇ ਮੈਂ ਤੁਹਾਡੇ ਧਿਆਨ ਚ ਸਾਰਿਆਂ ਦੇ ਲਿਆ ਦਿਆਂ ਆ ਇਸ ਬਿਲਡਿੰਗ ਦੇ ਮਗਰਲੇ ਪਾਸੇ ਪਤਾ ਲੱਗਿਆ ਕਿ ਅਸੀਂ ਉੱਥੇ ਜਾ ਕੇ ਮੌਕਾ ਵੀ ਵੇਖ ਕੇ ਆਏ ਆ ਇੱਕ ਡੈੱਡ ਬੋਡੀ ਪਈ ਹੈ ਉਸ ਨੌਜਵਾਨ ਦੇ ਕਮੀਜ਼ ਜਿਹੜੀ ਪਾਈ ਹੈ 노 ਫਾਰਮਰ 노 ਫੂਡ ਦਾ ਉਹਦੇ ਤੇ ਪਾਈ ਹੋਈ ਹੈ ਟੀ-ਸ਼ਰਟ ਦੋ ਬੈਜ ਲੱਗੇ ਹੋਏ ਨੇ ਉਹਦੀ ਜੇਬ ਤੇ ਜਥੇਬੰਦੀ ਦਾ ਕਿਸੇ ਦਾ ਨਹੀਂ ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਦਾ ਬੈਜ ਲੱਗਿਆ ਹੋਇਆ ਇੱਕ ਕੋਈ ਹੋਰ ਬੈਜ ਲੱਗਿਆ ਮੇਰੀ ਅਰਜ਼ ਹੈ ਕਿ ਉਹਦੀ ਫੋਟੋ ਅਸੀਂ ਵਾਇਰਲ ਕਰਤੀ ਐ ਉਹ ਪੜਤਾਲ ਕਰਨੀ ਬਣਦੀ ਐ ਇਸ ਤੋਂ ਬਾਅਦ ਪਹਿਲਾਂ ਤਾਂ ਹਰਿਆਣਾ ਪੁਲਿਸ ਨੂੰ ਅਸੀਂ ਇਨਫੋਰਮ ਕੀਤਾ ਸੀਗਾ ਉਹਨਾਂ ਨੇ ਦੱਸਿਆ ਕਿ ਵੀ ਸਾਡਾ ਏਰੀਆ ਨਹੀਂ ਪੈਂਦਾ ਫਿਰ ਦਿੱਲੀ ਪੁਲਿਸ ਨੂੰ ਅਸੀਂ ਇਨਫਰਮੇਸ਼ਨ ਦਿੱਤੀ ਐ ਉਹ ਉਹਨੂੰ ਲੈ ਕੇ ਉਹਦਾ ਪੋਸਟਮਾਰਟਮ ਨੌਜਵਾਨ ਦਾ ਕਰਵਾਉਣਗੇ ਬੇਨਤੀ ਐ ਕਿ ਉਹ ਦੀ ਫੋਟੋ ਆ ਜਿਹੜੀ ਉਹ ਫੇਸਬੁੱਕ ਤੇ ਆ ਗਈ ਐ ਪ੍ਰੈਸ ਵਾਲਿਆਂ ਨੇ ਉਹਨੂੰ ਰਿਲੀਜ਼ ਕਰਤਾ ਐ ਉਹ ਸਾਰੇ ਮੇਰੇ ਵੀਰ ਉਹਨੂੰ ਚੈੱਕ ਕਰੋ ਪਤਾ ਲੱਗੇ ਕਿ ਕਿਹੜੇ ਏਰੀਏ ਦਾ ਉਹ ਨੌਜਵਾਨ ਹੈ ਤਾਂ ਕਿ ਅਸੀਂ ਉਹਨੂੰ ਸੰਭਾਲ ਸਕੀਏ ਉਹਦੀ ਅਸੀਂ ਜਾਂਚ ਕਰਾ ਕੇ ਪੜਤਾਲ ਕਰਵਾ ਕੇ ਉਹਦੇ ਮਾਪਿਆਂ ਤੱਕ ਪਹੁੰਚ ਸਕੀਏ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਨਾਲ ਦੀ ਨਾਲ ਮੈਂ ਬੇਨਤੀ ਕਰਾਂ ਮੇਰੇ ਦੋਸਤੋ ਕਿ ਹੁਣ ਇੱਕ ਤੁਸੀਂ ਸ਼ਾਇਦ ਕਿਉਂਕਿ ਸਰਕਾਰ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਛੜਜੰਤਰ ਰਚ ਰਹੀ ਹੈ ਤੁਹਾਨੂੰ ਡਰਾਉਣ ਦਾ ਤੁਹਾਨੂੰ ਧਮਕਾਉਣ ਦਾ ਦਰਨਾ ਨਹੀਂ ਬਿਲਕੁਲ ਪ੍ਰਵਾਹ ਨਹੀਂ ਕਰਨੀ ਸਰਕਾਰ ਜੋ ਕਰਦੀ ਆ ਕਰ ਲੈ ਸਰਕਾਰ ਦੀ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਅੰਦੋਲਨ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਜੋ ਕਰਨਾ ਸਰਕਾਰ ਕਰ ਸਕਦੀ ਹੈ ਸਰਕਾਰ ਦੇ ਹੱਥ ਵਿੱਚ ਬਥੇਰੇ ਕੰਡੇ ਤਾਕਤਾਂ ਹੁੰਦੀਆਂ ਅਸੀਂ ਸ਼ਾਂਤਮਈ ਸਰਕਾਰ ਦੇ ਹਰ ਵਾਰ ਨੂੰ ਝੱਲਾਂਗੇ ਝੱਲਣ ਲਈ ਤਿਆਰ ਬੈਠੇ ਆ ਕੋਈ ਚਿੰਤਾ ਨਹੀਂ ਸਾਨੂੰ ਜੇਲ੍ਹੀ ਲਿਜਾਣਾ ਜੇਲ੍ਹੀ ਲੈ ਜੇ ਡਾਂਗਾ ਮਾਰਨੀਆ ਡਾਂਗਾ ਮਾਰ ਲੈ ਸ਼ਹੀਦਤਾ ਕ ਲੈਣੀਆਂ ਤਾਂ ਸ਼ਹਾਦਤਾਂ ਲੈ ਲੈ ਜੋ ਕਰਨਾ ਚਾਹੁੰਦੀ ਹੈ ਸਰਕਾਰ ਕਰ ਸਕਦੀ ਹੈ ਲੇਕਿਨ ਅਸੀਂ ਪਿੱਛੇ ਨਹੀਂ ਹਟ ਸਕਦੇ ਕਿਉਂਕਿ ਅਸੀਂ ਸਰਕਾਰ ਤੋਂ ਕੋਈ ਸਪੈਸ਼ਲ ਮੰਗ ਨਹੀਂ ਮੰਗ ਰਹੇ ਅਸੀਂ ਤਾਂ ਇੱਕੋ ਹੀ ਗੱਲ ਕਰੀ ਆ ਕਿ ਸਾਡਾ ਹੱਕ ਹੈ ਜ਼ਮੀਨ ਸਾਡੀ ਸੀ ਸਾਨੂੰ ਸਾਡੇ ਬਾਪ ਦਾਦਿਆਂ ਤੋਂ ਤੁਰਿ ਆ ਰਹੀ ਹੈ ਔਰ ਉਹ ਜ਼ਮੀਨ ਸਾਡੀ ਸਾਡੇ ਕੋਲੇ ਰਹਿਣ ਦਿੱਤੀ ਜਾਏ ਕਾਰਪੋਰੇਟ ਕੋਲੇ ਨਾ ਜਾਣ ਦਿੱਤੀ ਜਾਏ ਸਾਡੀ ਮੰਗ ਹੈ ਔਰ ਨਾਲ ਸਾਡੀ ਇਹ ਮੰਗ ਹੈ ਕਿ ਜਿਹੜੇ ਆਮ ਲੋਕ ਆਮ ਪਬਲਿਕ ਜਿਹੜੇ ਜਿਹੜੇ ਵਿਚਾਰੇ ਗੈਰ ਜ਼ਮੀਨੇ ਨੇ ਉਹਨਾਂ ਦਾ ਰੋਟੀ ਖਾਣ ਦਾ ਅਧਿਕਾਰ ਉਹਨਾਂ ਦੇ ਕੋਲ ਰਹੇ ਨਵੀਂ ਕੋਈ ਚੀਜ਼ ਨਹੀਂ ਮੰਗ ਰਹੇ ਉਹ ਪੁਰਾਣਾ ਰਾਈਟ ਆ ਜਿਹੜਾ ਸਾਡਾ ਰੋਟੀ ਖਾਣ ਦਾ ਔਰ ਜਿਉਣ ਦਾ ਉਹ ਮੰਗ ਰਹੇ ਆ ਉਹਦੇ ਲਈ ਸਾਨੂੰ ਆਹਰ ਪਾਰ ਦੀ ਲੜਾਈ ਲੜਨੀ ਪੈਣੀ ਹੈ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰ ਲੈ ਵਿਚ ਵਿਚਾਲੇ ਦਾ ਕੋਈ ਫੈਸਲਾ ਨਹੀਂ ਇੱਕ ਪਾਸੇ ਸਰਕਾਰ ਧਮਕੀਆਂ ਦਿੰਦੀ ਹੈ ਕਿ ਇਹਨੂੰ ਅਸੀਂ ਸਾਫ਼ ਕਰਾਉਣਾ ਹੈ ਹਰਿਆਣਾ ਪੁਲਿਸ ਲਈ ਜਾ ਸਕਦੀ ਹੈ ਹੋਰ ਪੁਲਿਸਾਂ ਦੇ ਬਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਦੂਸਰੇ ਪਾਸੇ ਗੱਲਬਾਤੀਆਂ ਗੱਲਾਂ ਕਰਦੀ ਹੈ ਸੋ ਇਸ ਕਰਕੇ ਮੇਰੇ ਦੋਸਤੋ ਇਹ ਕੇਵਲ ਇੱਕ ਤੁਹਾਡੇ ਤੇ دہشت ਤੇ ਦਬਦਬਾ ਬਣਾਉਣ ਦੀ ਕੋਸ਼ਿਸ਼ ਆ ਸਰਕਾਰ ਦੀ ਕੋਈ ਪਰਵਾਹ ਨਹੀਂ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰੇ ਲੇਕਿਨ ਇੱਕ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਆਪਾਂ ਸਾਰੇ ਹੀ ਵਲੰਟੀਅਰ ਬਣੋ ਹਣਾ ਆ ਜਿਹੜਾ ਸਮਾ ਵਲੰਟੀਅਰ ਬਣੀਏ ਕਿਉਂਕਿ ਆਪਾਂ ਬਰੂਦ ਦੇ ਢੇਰ ਤੇ ਬੈਠੇ ਆ ਆਪਾਂ ਝੋਪੜੀਆਂ ਪਾਈਆਂ ਹੋਈਆਂ ਨੇ ਪਲਾਸਟਿਕ ਦੇ ਮਕਾਨ ਬਣਾਏ ਬਣੇ ਹੋਏ ਨੇ ਲੱਕੜੀ ਦੇ ਮਕਾਨ ਬਣੇ ਹੋਏ ਨੇ ਇਹਨਾਂ ਸਾਰੇ ਨੂੰ ਸੰਭਾਲਣ ਵਾਸਤੇ ਹਰ ਇੱਕ ਵੀਰ ਆਪਦੇ-ਆਪਦੇ ਮਕਾਨ ਦੀ ਆਪਦੇ-ਆਪਦੇ ਤੰਬੂ ਦੀ ਆਪਦੇ-ਆਪਦੀ ਛੰਨ ਦੀ ਝੋਪੜੀ ਦੀ ਰਾਖੀ ਕਰੀਏ ਕੋਈ ਵੀ ਸ਼ਰਾਰਤੀ ਆਦਮੀ ਆਕੇ ਜਿਵੇਂ ਉੱਥੇ ਪਿੱਛੇ ਘਟਨਾ ਵਾਪਰੀ ਹੈ ਅਜਿਹੀ ਘਟਨਾ ਨਾ ਵਾਪਰਨ ਦੇਈਏ ਉਹਦੇ ਤੋਂ ਸੁਚੇਤ ਹੋਣਾ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਔਰ ਰਾਤ ਨੂੰ ਜਿਵੇਂ ਰਾਤ ਵੀ ਨੌਜਵਾਨਾਂ ਨੇ ਉਹ ਘਟਨਾ ਵਾਪਰਨ ਤੋਂ ਬਾਅਦ ਸਾਰੀ ਰਾਤ ਪਹਿਰੇਦਾਰੀ ਕੀਤੀ ਹੈ ਤੋਂ ਇਸੇ ਤਰ੍ਹਾਂ ਅੱਜ ਤੋਂ ਆਪਾਂ ਪਹਿਰੇਦਾਰੀ ਕਰਨੀ ਸ਼ੁਰੂ ਕਰਨੀ ਹੈ ਬਹੁਤ ਬਹੁਤ ਧੰਨਵਾਦ ਹੁਣ ਮੀਟਿੰਗ ਸ਼ੁਰੂ ਹੋਣੀ ਆ ਗੱਲਾਂ ਬਾਤਾਂ ਅਸੀਂ ਮੀਟਿੰਗ ਦੇ ਵਿੱਚ ਵੀ ਰੱਖਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ